11 मार्च वोटां दी गिणती वाले दिन चोण कमिशन ने इस नूं लै के तैयारियां जिहड़ियां ने आरंभ कर दित्तियां ने ते पंजाब दे मुख चोण अफसर वालों मुक्तसर विच वख-वख सियासी पार्टियां दे उम्मीदवारां नाल मीटिंग की गई ते इस दे नाल चोण कमिशन ने वोटां दी गिणती लई तैयारियां दा जायजा भी लिया। ਸਿਆਸੀ ਲਿਹਾਜ਼ ਨਾਲ ਮਾਲਵੇ ਦਾ ਸਭ ਤੋਂ ਹਾਈ ਪ੍ਰੋਫਾਈਲ ਜ਼ਿਲ੍ਹਾ ਮੁਕਤਸਰ ਨੂੰ ਮੰਨਿਆ ਜਾਂਦਾ ਹੈ। ਲੰਬੀ ਗਿੱਦੜਬਾਹਾ ਮੁਕਤਸਰ ਅਤੇ ਮਲੋਟ ਵਿਧਾਨ ਸਭਾ ਸੀਟਾਂ ਮੁਕਤਸਰ ਜ਼ਿਲ੍ਹੇ ਵਿੱਚ ਹੀ ਆਉਂਦੀਆਂ ਨੇ। ਹਾਈ ਪ੍ਰੋਫਾਈਲ ਸੀਟਾਂ ਹੋਣ ਦੀ ਵਜ੍ਹਾ ਕਰਕੇ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਗਿਣਤੀ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਅਫਸਰਾਂ ਨਾਲ ਮੀਟਿੰਗ ਕੀਤੀ। ਸਿਰਫ ਇੰਨਾ ਹੀ ਨਹੀਂ, ਪੰਜਾਬ ਦੇ ਮੁੱਖ ਚੋਣ ਅਫਸਰ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਵੀ ਮੀਟਿੰਗ ਕੀਤੀ। ਵੀ ਅਸੀਂ ਨਾ ਬੇਸਿਕਲੀ ਜਿਹੜਾ ਕਾਊਂਟਿੰਗ ਦਾ ਇੰਤਜ਼ਾਮ ਹੋ ਰਿਹਾ ਉਹਨੂੰ ਵੇਖਣ ਆਏ ਹੈ ਇੱਥੇ। ਪਹਿਲੇ ਹੁਣ ਆਪਾਂ ਜਿਹੜਾ ਪੋਲੀਟੀਕਲ ਪਾਰਟੀ ਅਤੇ ਕੈਂਡੀਡੇਟ ਜਾਂ ਉਹਨਾਂ ਦੇ ਰਿਪ੍ਰੈਜੈਂਟੇਟਿਵ ਹਨ ਉਹਨਾਂ ਦੀ ਮੀਟਿੰਗ ਕੀਤੀ ਹੈ। ਉਹਨਾਂ ਤੋਂ ਪੁੱਛਿਆ ਉਹਨਾਂ ਦਾ ਕੋਈ ਮਸਲਾ ਹੋਵੇ ਕੋਈ ਤਾਂ ਸਾਡੇ ਧਿਆਨ 'ਚ ਲਾ ਦੇਣ। ਐਸਾ ਕੋਈ ਉਹ ਸਾਰੇ ਸੈਟਿਸਫਾਈਡ ਹਨ, ਉਹਨਾਂ ਨੇ ਕੋਈ ਹਜੇ ਗੱਲ ਨਹੀਂ ਦੱਸੀ ਹੈਗੀ। ਇੱਥੇ ਦੇ ਜਿਹੜੇ ਕਾਊਂਟਿੰਗ ਸੈਂਟਰ ਹੈ ਉਹ ਹੁਣ ਅਸੀਂ ਵੇਖਣਾ ਹੈਗਾ। ਇਸ ਕਰਕੇ ਆਪਾਂ ਐਗਜੈਕਟਲੀ ਜਿੱਥੇ ਗਏ ਆਪਾਂ ਕਈ ਜ਼ਿਲ੍ਹਿਆਂ 'ਚ ਹੋ ਕੇ ਆ ਰਹੇ ਉੱਥੇ ਵਧੀਆ ਇੰਤਜ਼ਾਮ ਕੀਤੇ ਗਏ। ਪੂਰਾ ਫੁੱਲ ਪਰੂਫ ਸਿਕਿਉਰਿਟੀ ਸਿਸਟਮ ਐਂਡ ਫੁੱਲ ਪਰੂਫ ਕਾਊਂਟਿੰਗ ਅਰੇਂਜਮੈਂਟ ਕੀਤੇ ਜਾ ਰਹੇ ਹਨ। ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਟ੍ਰੇਨਿੰਗ ਕੀਤੀ ਗਈ ਹੈ ਬਹੁਤ, ਸੋ ਦੈਟ ਕਾਊਂਟਿੰਗ ਸਮੇਂ ਸਿਰ ਅੱਛੇ ਤਰੀਕੇ ਨਾਲ ਮੁਕੰਮਲ ਹੋ ਜਾਏ। ਪੰਜਾਬ ਵਿੱਚ 4 ਫਰਵਰੀ ਨੂੰ ਵੋਟਿੰਗ ਦਾ ਕੰਮ ਨੇਪਰੇ ਚੜਿਆ ਸੀ। ਤਕਰੀਬਨ 1 ਮਹੀਨੇ 6 ਦਿਨ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ, ਪਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ। ਹਾਲਾਂਕਿ ਇਸ ਦੌਰਾਨ ਚੋਣ ਕਮਿਸ਼ਨ ਦੀ ਵੱਖ-ਵੱਖ ਟੀਮਾਂ ਨੇ ਇਹਨਾਂ ਸ਼ਿਕਾਇਤਾਂ ਤੋਂ ਬਾਅਦ ਟੀਮ ਵੀ ਭੇਜੀ ਸੀ, ਪਰ ਚੋਣਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣਾ ਚਾਹੁੰਦਾ ਹੈ। ਇਸ ਲਈ ਪੰਜਾਬ ਦੇ ਮੁੱਖ ਚੋਣ ਅਫਸਰ ਆਪ ਕਾਊਂਟਿੰਗ ਸੈਂਟਰਾਂ 'ਤੇ ਇੰਤਜ਼ਾਮਾਂ ਦਾ ਮੁਆਇਨਾ ਕਰ ਰਹੇ ਨੇ। ਜਸਵਿੰਦਰ ਬੱਬਰ, ਜ਼ੀ ਮੀਡੀਆ, ਮੁਕਤਸਰ ਸਾਹਿਬ। 11 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣੇ ਨੇ ਅਤੇ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਇਸ ਦਾ ਫੈਸਲਾ 11 ਮਾਰਚ ਨੂੰ ਸਾਹਮਣੇ ਆ ਜਾਵੇਗਾ। ਉੱਧਰ ਸਿਆਸੀ ਸਫ਼ਾ ਵਿੱਚ ਨਤੀਜਿਆਂ ਤੋਂ ਪਹਿਲਾਂ ਜਿੱਤ ਦੇ ਦਾਅਵੇ ਸ਼ੁਰੂ ਹੋ ਗਏ ਨੇ, ਪਰ ਪੰਜਾਬ ਦੇ ਲੋਕ ਕਿਹੋ ਜਿਹੀ ਸਰਕਾਰ ਚਾਹੁੰਦੇ ਨੇ, ਕਿਹੋ ਜਿਹਾ ਉਹ ਸੂਬੇ ਦਾ ਅਗਲਾ ਮੁੱਖ ਮੰਤਰੀ ਚਾਹੁੰਦੇ ਨੇ, ਪੰਜਾਬ ਵਿੱਚ ਤਿਕੋਣਾ ਮੁਕਾਬਲਾ ਹੋਣ ਕਰਕੇ ਇਸ ਵਾਰ ਸਵਾਲ ਇਹ ਵੀ ਪੁੱਛੇ ਜਾ ਰਹੇ ਨੇ ਕਿ ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ ਜਾਂ ਫਿਰ ਹੰਗ ਅਸੈਂਬਲੀ ਵੀ ਹੋ ਸਕਦੀ ਹੈ। ਅਤੇ ਇਹ ਤਮਾਮ ਉਹ ਸਵਾਲ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇਸ ਵੇਲੇ ਗੂੰਜ ਰਹੇ ਨੇ। ਇਹਨਾਂ ਮੁੱਦਿਆਂ 'ਤੇ ਗੱਲ ਕਰਨ ਲਈ ਸਾਡੀ ਟੀਮ ਪਹੁੰਚੀ ਹੋਈ ਹੈ ਗਰਾਊਂਡ ਜ਼ੀਰੋ 'ਤੇ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਡੇ ਰਿਪੋਰਟਰਸ ਵਿਚਰ ਰਹੇ ਨੇ। ਸਾਡੇ ਨਾਲ ਨੇ ਜ਼ੀ ਮੀਡੀਆ ਪੱਤਰਕਾਰ ਰਾਜਨ ਗੁਸਾਈ ਅੰਮ੍ਰਿਤਸਰ ਤੋਂ ਲਾਈਵ, ਅਤੇ ਦੂਜੇ ਸਾਡੇ ਸਹਿਯੋਗੀ ਨੇ ਲਲਿਤ ਸ਼ਰਮਾ, ਜ਼ੀ ਮੀਡੀਆ ਪੱਤਰਕਾਰ ਜ਼ੀਰਕਪੁਰ ਤੋਂ ਲਾਈਵ। ਅਤੇ ਰਾਜਨ ਗੋਸਾਈ, ਅੰਮ੍ਰਿਤਸਰ ਦੇ ਲੋਕ ਕੀ ਸੋਚਦੇ ਨੇ ਜਿਹੜੇ ਅਸੀਂ ਤਮਾਮ ਪੁਆਇੰਟਸ ਪੁੱਛ ਰਹੇ ਨੇ ਕਿ ਹੰਗ ਅਸੈਂਬਲੀ ਹੋ ਸਕਦੀ ਹੈ, ਕੌਣ ਜਿੱਤੇਗਾ, ਕਿਹੋ ਜਿਹਾ ਮੁੱਖ ਮੰਤਰੀ ਹੋਵੇਗਾ, ਇਹਨਾਂ ਤਮਾਮ ਪੁਆਇੰਟਸ 'ਤੇ ਕੀ ਕਹਿੰਦੀ ਹੈ ਅੰਮ੍ਰਿਤਸਰ ਦੀ ਜਨਤਾ? ਜੀ ਸ਼ਮਿਤ, ਬਿਲਕੁਲ, 11 ਮਾਰਚ ਨੂੰ ਨਤੀਜੇ ਆਉਣੇ, 4 ਫਰਵਰੀ ਨੂੰ ਵੋਟਿੰਗ ਹੋ ਚੁੱਕੀ ਹੈ, 11 ਮਾਰਚ ਨੂੰ ਸਾਰਿਆਂ ਨੂੰ ਨਤੀਜਿਆਂ ਦਾ ਇੰਤਜ਼ਾਰ ਹੈ। ਲੇਕਿਨ ਇਸ ਦੇ ਵਿਚਕਾਰ ਜਿਹੜੇ ਸਵਾਲ ਨੇ ਉਹ ਇਹੀ ਨੇ ਕਿ ਕਿਹਦੀ ਸਰਕਾਰ ਬਣਦੀ ਦਿਖ ਰਹੀ ਹੈ। ਮੈਂ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮੌਜੂਦ ਹਾਂ, ਉਹਨਾਂ ਕੋਲੋਂ ਪੁੱਛਦੇ ਹਾਂ ਕੀ ਲੱਗਦਾ ਤੁਹਾਨੂੰ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਸਰਕਾਰ ਦੇ? ਦੇਖ ਲਓ, ਜੋ ਵੋਟਿੰਗ ਜਿਸ ਤਰ੍ਹਾਂ ਹੋਈ ਹੈ ਆਪਣੇ ਇੱਧਰ ਮਾਝੇ ਦੀ, ਸਰਕਾਰ ਕਾਂਗਰਸ ਦੀ ਬਣਨ ਜਾ ਰਹੀ ਹੈ। ਸਾਰੇ ਜਿਹੜੀਆਂ ਸੀਟਾਂ ਜਿੱਥੇ ਵੀ ਵੋਟਿੰਗ ਹੋਈ ਹੈ ਵੱਧ ਤੋਂ ਵੱਧ ਲੋਕਾਂ ਨੇ ਕਾਂਗਰਸ ਦਾ ਸਹਿਯੋਗ ਦਿੱਤਾ ਜੀ। ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਤੁਸੀਂ, ਕਿਸ ਤਰ੍ਹਾਂ ਦਾ ਮੁੱਖ ਮੰਤਰੀ ਹੋਣਾ ਚਾਹੀਦਾ, ਕੀ ਲੱਗਦਾ ਤੁਹਾਨੂੰ, ਕਿਸ ਸਰਕਾਰ ਦੀ ਕੀ ਜ਼ਿੰਮੇਵਾਰੀਆਂ ਔਰ ਕਿਹੋ ਜਿਹੀਆਂ ਤੁਹਾਡੀਆਂ ਅਪੇਕਸ਼ਾਵਾਂ ਨੇ ਸਰਕਾਰ ਕੋਲ? ਕਿਉਂਕਿ ਪਿਛਲੀ ਸਰਕਾਰ ਨੇ ਜੋ ਕੀਤਾ ਤੁਹਾਨੂੰ ਦੁਨੀਆਂ ਨੂੰ ਪਤਾ ਕੀ ਹੈ, ਨਸ਼ੇ ਵਿਰੋਧੀ ਜੋ ਵੀ ਲੋਕਾਂ ਦਾ ਰੁਝਾਨ ਹੋਇਆ, ਹੋਰ ਵੀ ਜੋ ਡਿਵੈਲਪਮੈਂਟ ਦੇ, ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਕੰਮ ਕੀਤੇ ਉਹਨਾਂ ਨੂੰ ਦੁਨੀਆਂ ਨੂੰ ਪਤਾ, ਔਰ ਲੋਕ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ, ਜੋ ਵੀ ਕੈਪਟਨ ਅਮਰਿੰਦਰ ਸਿੰਘ ਵੇਲੇ ਜੋ ਕੰਮਕਾਰ ਹੋਏ ਆ, ਜੋ ਵੀ ਉਹਨਾਂ ਵੇਖ ਕੇ ਦੂਜਿਆਂ ਨੇ ਵੇਖੇ ਪਰ ਉਹ ਨਹੀਂ ਕੰਮ ਬਣਿਆ, ਜਿਹੜਾ ਪਾਣੀਆਂ ਦਾ ਮੁੱਦਾ, ਹੋਰ ਡਿਵੈਲਪਮੈਂਟ ਦਾ ਮੁੱਦਾ, ਹੋਰ ਮਹਿੰਗਾਈ ਦਾ ਮੁੱਦਾ, ਸਭ ਕੈਪਟਨ ਅਮਰਿੰਦਰ ਸਿੰਘ ਹੁਣ ਆਉਣਗੇ ਸਰਕਾਰ 'ਚ, ਜੋ ਵੀ ਮਹਿੰਗਾਈ ਘਟਾਉਣਗੇ ਔਰ ਡਿਵੈਲਪਮੈਂਟ ਕਰਾਉਣਗੇ। ਬਿਲਕੁਲ ਸ਼ਮਿਤ, ਅਤੇ ਹੋਰ ਵੀ ਲੋਕ ਨੇ, ਉਹਨਾਂ ਨੂੰ ਪੁੱਛਦੇ ਹਾਂ ਤੁਹਾਡਾ ਕੀ ਮੰਨਣਾ, ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਔਰ ਕੀ ਲੱਗਦਾ ਤੁਹਾਨੂੰ ਕਿਹਦੀ ਸਰਕਾਰ ਬਣਨ ਜਾ ਰਹੀ ਬਣੇ? ਅਸੀਂ ਤਾਂ ਉਹ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਬਣੇ ਗਰੀਬਾਂ ਦਾ ਹੱਕ 'ਚ ਬੋਲੇ, ਬਿਜਲੀ ਦੇ ਬਿੱਲ ਘਟਾਉਣ, ਰਾਸ਼ਨ ਪਾਣੀ ਦਾ ਸਮਾਨ ਘਟਾਉਣ, ਤਦੇ ਗਰੀਬ ਆਦਮੀ ਖੁਸ਼ ਹੋਏਗਾ। ਸਰਕਾਰ ਆਵੇ ਮਗਰ ਚੰਗੇ ਆਦਮੀ ਦੀ ਆਵੇ, ਇਹ ਨਹੀਂ ਹੈ ਕਿ ਬਿਜਲੀ ਦੇ ਬਿੱਲ ਵੀ ਆਈ ਜਾਣ ਡਬਲ ਅਤੇ ਆਪਣਾ ਰਾਸ਼ਨ ਵੀ ਵਧੀ ਜਾਏ। ਪਰ ਐਤਕੀ ਜਿਹੜਾ ਤਿਕੋਨਾ ਮੁਕਾਬਲਾ ਹੋਣ ਦੇ ਕਾਰਨ ਇਹ ਵੀ ਕਿਆਸ ਲਾਏ ਜਾਂਦੇ ਕਿ ਸਰਕਾਰ ਜਿਹੜੀ ਹੰਗ ਬਣ ਰਹੀ, ਤ੍ਰਿਸ਼ੰਕੂ ਬਣ ਰਹੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਦੇ ਬਾਰੇ ਤਾਂ ਕੁਛ ਵੀ ਨਹੀਂ ਕਹਿ ਸਕਦੇ, ਸਰਕਾਰ ਅਸੀਂ ਕਹਿੰਦੇ ਸਾਂਝੀ ਆਵੇ ਜਾਂ ਇਕੱਲੀ ਆਵੇ ਉਹਦੀ ਜਿਹੜਾ ਗਰੀਬਾਂ ਦੇ ਹੱਕ 'ਚ ਫੈਸਲਾ ਦੇਵੇ। ਤੁਸੀਂ ਦੱਸੋ ਤੁਹਾਡਾ ਕੀ ਕਹਿਣਾ? ਠੀਕ ਹੈ ਭਾਈ, ਜੋ ਇਹਨਾਂ ਨੇ ਕਹਿਣਾ ਸੋ ਮੈਂ ਕਹਿਣਾ।
ਤੇ ਬਹੁਤ ਵਧੀਆ ਗੱਲ ਆ ਵੀ ਕਾਂਗਰਸ ਸਰਕਾਰ ਆ ਜਿਹੜੀ ਅੱਛੀ ਸਰਕਾਰ ਆ ਸਭ ਨੂੰ ਨਾਲ ਲੈ ਕੇ ਤੁਰਦੀ ਆ ਬਾਕੀ ਸਰਕਾਰਾਂ ਜੀ ਨੇ ਤੁਹਾਨੂੰ ਸਾਰੀ ਦੁਨੀਆਂ ਨੂੰ ਪਤਾ ਹੀ ਹੈ ਸਰਕਾਰ ਕੋਲੋਂ ਉਮੀਦਾਂ ਕੀ ਨੇ ਤੁਹਾਨੂੰ ਉਮੀਦਾਂ ਕੀ ਇਹਨਾਂ ਕੋਲ ਕਾਂਗਰਸ ਸਰਕਾਰ ਕੋਲ ਚੰਗੀਆਂ ਉਮੀਦਾਂ ਚੰਗੇ ਪਰਿਵਾਰ ਚੜ੍ਹਨਗੇ ਚੰਗਾ ਮਾਹੌਲ ਚੰਗਾ ਹੋਏਗਾ ਸਭ ਕੁਛ ਠੀਕ ਹੋਏਗਾ ਸ਼ਮਿਤ ਇੱਥੇ ਹੋਰ ਵੀ ਲੋਕ ਨੇ ਉਹਨਾਂ ਨੂੰ ਪੁੱਛਦੇ ਆ ਤੁਸੀਂ ਦੱਸੋ ਤੁਸੀਂ ਨੌਜਵਾਨ ਹੋ ਤੇ ਤੁਹਾਡਾ ਕੀ ਮੰਨਣਾ ਸਰਕਾਰ ਕਿਹੋ ਜਿਹੀ ਹੋਣੀ ਚਾਹੀਦੀ ਮੁੱਖ ਮੰਤਰੀ ਕਿਹੋ ਜਿਹਾ ਹੋਣਾ ਚਾਹੀਦਾ ਭਾਈ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਕਾਂਗਰਸ ਦੀ ਸਰਕਾਰ ਆਉਣੀ ਚਾਹੀਦੀ ਬਸ ਸ਼੍ਰਮਿਤ ਜਿਹੜੇ ਲੋਕ ਨੇ ਇਹਨਾਂ ਦੇ ਆਪੋ ਆਪਣੇ ਜਿਹੜੇ ਦਾਅਵੇ ਨੇ ਔਰ ਇਹਨਾਂ ਦਾ ਮੰਨਣਾ ਕਿ ਸਰਕਾਰ ਉਹੀ ਹੋਵੇ ਜਿਹੜੀ ਆਮ ਲੋਕਾਂ ਦੀ ਗਰੀਬਾਂ ਦੀ ਜਿਹੜੀ ਆ ਉਹ ਮਦਦ ਕਰੇ ਪੰਜਾਬ ਦਾ ਚੌਪੱਖੀ ਵਿਕਾਸ ਕਰੇ ਇਹੀ ਉਮੀਦਾਂ ਲੈ ਕੇ ਲੋਕ ਜਿਹੜੇ ਨੇ ਆਪਣੀ ਚੋਣ ਚਰਚਾਵਾਂ ਵੀ ਜਿਹੜੀਆਂ ਉਹ ਸਵੇਰ ਤੋਂ ਇੱਥੇ ਕਰ ਰਹੇ ਨੇ ਬਿਲਕੁਲ ਅੰਮ੍ਰਿਤਸਰ ਦੇ ਜਿਹੜੇ ਲੋਕ ਇੱਥੇ ਕੁਛ ਮੌਜੂਦ ਨੇ ਉਹਨਾਂ ਨੂੰ ਕਾਂਗਰਸ ਤੋਂ ਜ਼ਿਆਦਾ ਉਮੀਦਾਂ ਨੇ ਅਤੇ ਜ਼ੀਰਕਪੁਰ ਤੋਂ ਸਾਡੇ ਨਾਲ ਨੇ ਲਲਿਤ ਸ਼ਰਮਾ ਲਾਈਵ ਲਲਿਤ ਇੱਥੋਂ ਦੇ ਲੋਕ ਕੀ ਸੋਚਦੇ ਨੇ ਵੱਖ ਵੱਖ ਲੋਕਾਂ 'ਤੇ ਤੁਸੀਂ ਰਾਏ ਲਓ ਅਤੇ ਪੁਆਇੰਟ ਟੂ ਪੁਆਇੰਟ ਉਹਨਾਂ ਤੋਂ ਕੁਐਸਚਨ ਲਓ ਤਾਂ ਕਿ ਜਲਦੀ ਜ਼ਿਆਦਾ ਕਵਰ ਹੋ ਸਕਣ ਲੋਕ ਕੀ आश्रम में निश्चित तौर से क्योंकि जिस तरह से तीन दिन रह गए हैं चुनाव के नतीजे को लेकर और इस वक्त मैं जिरकपुर के लोगढ़ में हूं लोगों से बात कर लेते हैं तीन दिन के बाद परिणाम आ जाएगा किस तरह की सरकार चाहिए आपको पंजाब से हमारे को जी यही अकाली भाजपा सरकार ही आएगी यहाँ तो उन्होंने यहाँ विकास कराया इनके शर्मा जी के रहनमाई के सदका जिरकपुर में बहुत अच्छे तरीके से विकास हुआ है बहुत बढ़िया तरीके से और यहाँ से 100% निश्चित है कि इनके शर्मा ही जीतेंगे ठीक है आपको क्या लगता है क्योंकि तीन दिन के बाद परिणाम आना है किस तरह की सरकार आपको लग रहा आएगी एक्चुअली सरकार तो कोई भी आए पर जैसे कि धार्मिक उस पर पॉलिटिक्स करते हैं ये बोलते हैं कोई भी बाबा लालो भी इधर उधर हो गया जी और ये सरकार तो अकालियों की थी 10 साल में और इतने देखना है भी कितने पर्चे बिना मतलब से हुए खुद मेरे ऊपर हुआ है और कैंडिडेट किसी को सपोर्ट करता हो ऐसे नहीं हो भी बंदा दूसरे के कांग्रेस को सपोर्ट कर रहा है भी उसमें पर्चा करा दो और कुछ और लोग उनसे भी बात कर लेते हैं एक बार आम आदमी पार्टी है इस बार वो भी कहते हैं कंपटीशन में क्या आपको लगता है कि त्रिशंकु सरकार तो नहीं बनेगी क्या चांसेस लग रहे हैं देखो यह जी गल नहीं हैगी मैं कहता है कि भी मुकाबला इन्होंने दिया है गया मुकाबला जरूर दिया मगर मैंने वाला यह लगता है भी जिस तरह की इन्होंने बाद ग्राफ गिरया है गया तो उदो यही कोई बंदा 1000 वोट तो हार जूगा कोई 500 वोट तो मैंने नहीं लगता कि कोई सीट कड़ूंगे मगर बाकी इतने देखो बादल सरकार ने बहुत विकास कराया तो इतने एन के शर्मा जी ने इन्ना क विकास कराया कि 1600 करोड़ रुपया साढ़े कले डेरा बसी हल्के ज लगे है तो असं इतने एन के शर्मा जी तो बहुत खुश हैं ठीक है कुछ और लोग भी उनसे भी बात कर लेते हैं सर आपको क्या लग रहा है अगर सरकार बनती है तो किसकी सरकार बनेगी और कौन मुख्यमंत्री आप चाहते हो देखो जो सरकार इतने अपनी पंजाब की बनती है तो इतने पंजाब का ही मुख्यमंत्री सब चाहिए जी इतने पंजाब अकाली दल की सरकार है अकाली दल का ही मुख्यमंत्री प्रकाश सिंह बादल सी का ही चाहिए इतने पंजाब देखो अभी 4 स्पीड डिवेलपमेंट काफ़ी हुई है ये तो जो भी है वैसे पंजाब के मुख्यमंत्री मतलब पंजाब चाहते हैं ठीक है कुछ और लोग भी उनसे भी बात कर लेते हैं आपकी क्या एक्सपेक्टेशन है किस तरह की उम्मीदें हैं आपको हमें तो यही उम्मीद है जी जो भी सरकार बने वो पंजाब का विकास करे पंजाब के बारे में बहुत अच्छा सोचे पंजाब के लिए हर तबके के लिए काम करे और पंजाब सबसे बड़ा वो है जी इस काम के लिए तो हम यही चाहते हैं भी जो भी सरकार बने कोई भी सरकार बने लेकिन वो अपने पंजाब के लिए जरूर सोचे यूथ भी हैं उनसे भी बात कर लेते हैं आप एज अ यूथ क्या एक्सपेक्ट कर रहे हैं सरकार से सर एक तो अपने जो नशा है नशे के ऊपर है ये इसको ख़त्म करना चाहिए इसके ऊपर अपने को सरकार को काम करना चाहिए बाहरी हमें कोई मुख्यमंत्री नहीं चाहिए लोकल ही हो जो जनता को समझ सके यहाँ पे बादल साहब उन्होंने बहुत बढ़िया काम किया यहाँ पे तो निश्चित तौर से श्रमित अगर हम बात करें क्योंकि जिस तरह से यहाँ पर लोगों की राय है यही चाहते हैं कि जो भी मुख्यमंत्री बने वो प्रदेश का विकास करे और जिस तरह से अगर हम बात करें जिरकपुर के लोगढ़ के लोगों की बात है तो ये चाह रहे हैं कि यहाँ पर अकाली जो बीजेपी सरकार है उनकी जीत हो जी श्रमित चलिए फैसला तो ईवीएम में बंद है फैसला जिहड़ा है 11 मार्च नूं ही सामने आवेगा राजन गोसाई होर लोगों के व्यूज लैण की तुसीं इत्थे कोशिश करो अमृतसर च जी बिल्कुल शमित इतने मेरे ना होर भी लोग ने उन्होंने पूछते हैं तुहाडा की मानना है किस तरह की सरकार होनी चाहिए है और की किस तरह का मुख्यमंत्री तुसी चाहते हो पहले नंबर भाई आटे की महंगाई किन्नी आटा 26 रुपये किलो आटा वै आप पशु चोकर पाने वो 25 रुपये किलो है वै मोदी साहब ने की किया वै ये दुकानदार पूछना चाहिए खास कर दे भी तुम 26 रुपये किलो आटा देंगे 25 रुपये किलो चोकर देंगे ये किस हिसाब से देंगे ये दुकानदार पूछना चाहिए वै ਗਰੀਬਾਂ ਸਰਕਾਰ ਨੂੰ ਕੀ ਚਾਹੀਦਾ ਲੱਗਦਾ ਕਿ ਮਹਿੰਗਾਈ ਜ਼ਿਆਦਾ ਹੋ ਅਤੇ ਲਗਾਮ ਲਗਾਉਣੀ ਚਾਹੀਦੀ ਇਹ ਪੂਰਾ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ
ਆਪਾਂ ਗਰੀਬਾਂ ਦੀ ਕਾਂਗਰਸ ਚਾਹੀਦੀ ਆ ਆਣੀ ਧੂਮਧਾਮ ਨਾਲ ਕਾਂਗਰਸ ਆਣੀ ਚਾਹੀਦੀ ਹੈ ਗਰੀਬਾਂ ਬਿਲਕੁਲ ਤੇ ਇੱਥੇ ਕੁਝ ਹੋਰ ਲੋਕ ਵੀ ਨੇ ਇੱਥੇ ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਅਸੀਂ ਤਾਂ ਕਾਂਗਰਸ ਸਰਕਾਰ ਚਾਹੁੰਦੇ ਹਾਂ ਕਿਉਂਕਿ ਮਾੜੇ ਤੋਂ ਮਾੜਾ ਬੰਦਾ ਵੀ ਰੋਟੀ ਖਾਂਦਾ ਸੀ ਜਿਸ ਕਾਂਗਰਸ ਸਰਕਾਰ ਹੁੰਦੀ ਸੀ ਅਤੇ ਜਿਹੜੀ ਇਹ ਸਰਕਾਰ ਆਈ ਹੈ ਮਹਿੰਗਾਈ ਤੋਂ ਮਹਿੰਗਾਈ ਕਰੀ ਜਾਂਦੀ ਹੈ ਕਾਂਗਰਸ ਸਰਕਾਰ ਸਭ ਤੋਂ ਵਧੀਆ ਹੈ ਲੇਕਿਨ ਜੇ ਗੱਲ ਕਰੀਏ ਪਿਛਲੀ ਸਰਕਾਰ ਦੀ ਤਾਂ ਕਹਿੰਦੀ ਗਰੀਬਾਂ ਵਾਸਤੇ ਬਹੁਤ ਕੁਛ ਕੀਤਾ ਆਟਾ ਦਾਲ ਸਕੀਮ ਹੋਰ ਕਈ ਸਕੀਮਾਂ ਆਈਆਂ ਕਹਿਣ ਨੂੰ ਬੜਾ ਕੁਛ ਕਹਿੰਦੇ ਆ ਪਰ ਹਾਲੇ ਤੱਕ ਕੀਤਾ ਕੁਛ ਨਹੀਂ ਹੈ ਤੇ ਲੋਕ ਇੱਥੇ ਸ਼੍ਰਮਿਕ ਇੱਥੇ ਜਿਹੜੇ ਲੋਕ ਨੇ ਉਹਨਾਂ ਦਾ ਇਹੀ ਮੰਨਣਾ ਕਿ ਸਰਕਾਰ ਜਿਹੜੀ ਹੈ ਉਹ ਹਾਲਾਂਕਿ ਫੈਸਲਾ ਜਿਹੜਾ ਉਹ 11 ਤਰੀਕ ਨੂੰ ਹੀ ਆਉਣਾ EVM ਮਸ਼ੀਨਾਂ ਦੇ ਵਿੱਚ ਫੈਸਲਾ ਜਿਹੜਾ ਕੈਦ ਹੈ ਔਰ 11 ਮਾਰਚ ਨੂੰ ਹੀ ਪਤਾ ਚੱਲ ਪਾਏਗਾ ਕਿ ਕੀ ਫੈਸਲਾ ਲੇਕਿਨ ਲੋਕ ਇੱਥੇ ਇਹੀ ਚਾਹ ਰਹੇ ਨੇ ਕਿ ਕਾਂਗਰਸ ਦੀ ਸਰਕਾਰ ਆਵੇ ਔਰ ਤਾਂ ਕਿ ਲੋਕਾਂ ਦਾ ਮੰਨਣਾ ਕਿ 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਲੋਕ ਨੇ ਉਹਨਾਂ ਦੇ ਲੋਕਾਂ ਵਾਸਤੇ ਜਿਹੜੇ ਕਾਫੀ ਕੰਮ ਹੋਏ ਸਨ ਗਰੀਬਾਂ ਵਾਸਤੇ ਕਾਫੀ ਕੰਮ ਹੋਏ ਬਿਲਕੁਲ 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 ਰਾਜਨ ਅੰਮ੍ਰਿਤਸਰ ਦੇ ਲੋਕਾਂ ਦੀ ਆਪਣੀ ਰਾਏ ਹੈ ਅੰਮ੍ਰਿਤਸਰ ਦੇ ਲੋਕਾਂ ਦੀ ਆਪਣੀ ਰਾਏ ਹੈ ਅਤੇ ਉੱਧਰ ਜ਼ੀਰਕਪੁਰ ਦੇ ਲੋਕਾਂ ਦੀ ਆਪਣੀ ਰਾਏ ਹੈ ਲੋਹਗੜ੍ਹ ਇਲਾਕਿਆਂ ਦੀ ਆਪੋ ਇਹਨਾਂ ਦੀ ਆਪਣੀ ਰਾਏ ਹੈ ਅਤੇ ਇਹਨਾਂ ਨੇ ਆਪਣੀ ਰਾਏ ਸਾਡੇ ਨਾਲ ਸਾਂਝੀ ਕੀਤੀ ਅਤੇ ਸਾਡਾ ਇਹ ਮਕਸਦ ਹੈ ਕਿ ਸਰਕਾਰ ਬਣਨ ਤੋਂ ਪਹਿਲੇ ਜਿਹੜਾ ਲੋਕਾਂ ਦੇ ਕੀ ਵਿਊਜ਼ ਨੇ ਉਹ ਪਹੁੰਚਾਉਣਾ ਲੋਕ ਕੀ ਕੁਛ ਸੋਚਦੇ ਨੇ 11 ਤਰੀਕ ਨੂੰ ਕਿਹੜਾ ਫੈਸਲਾ ਜਿਹੜਾ ਹੋ ਰਿਹਾ ਹੈ ਉਸ ਤੋਂ ਪਹਿਲਾਂ ਉਹਨਾਂ ਦੀਆਂ ਕੀ ਕੁਛ ਉਮੀਦਾਂ ਨੇ ਕਿ ਉਹ ਜੀ ਸਰਕਾਰ ਉਹਨਾਂ ਦੀ ਹੋਣੀ ਚਾਹੀਦੀ ਹੈ ਧੰਨਵਾਦ ਲਲਿਤ ਸ਼ਰਮਾ ਅਤੇ ਰਾਜਨ ਸਾਡੇ ਨਾਲ ਅੰਮ੍ਰਿਤਸਰ ਤੋਂ ਅਤੇ ਜ਼ੀਰਕਪੁਰ ਤੋਂ ਲਾਈਵ ਜੁੜਨ ਦੇ ਲਈ